चोरी करके मोटर दियां केबलां मेनू इन्हें परसों धमकी दी है जी, जे तैनूं दस्सिया मैं तैनूं मार दूंगा, मेनू कुट के बाहर कढ दूंगा जी। आ महीने दे विच इह चौथा मसला जी। दोबारे फेर बनाउणी मेनू इन्हें परसों धमकी दी है जी, जे तैने दस्सिया मैं तैनू मार दूंगा। केवला कितने फूकदा जी? अंदर फूकदा जी, मेरे अंदर। मेरा घर आ, इहनू दो कमरे इहनू दित्ते मैंने जी, मेरा एक कमरा अड्डा, ओहदे विच मैं इह केवला फूकदा जी, मैनू कुट के बाहर कढ दिंदा जी। इह मामला सर चोरां दा जी, तारां वढ के लै के जांदे ने, जिहड़े मुंडे चिट्टा पींदे ने जी, साडे नेड़ले बाजीगर बस्ती वाले बाणे दे जी, उत्थे दे। आ महीने दे विच इह चौथा मसला जी। अज सानू मैं रात पहरे देती गए मोटरां दे जी सारियां, ते मेरी वारी सी रात, ते अज दुपहरे दे विच वढ के लै कहिंदे सी रात मोटर तारां पवाईयां ने जी। किन्ना कु टाइम तों जिहड़ा देखे इह सारा पिछले, जद तों असीं कणक संभली आ जी, उदों लै के छेवां सत्तवां मसला जी, आ 15 दिन दे विच विच चौथा मसला जी अज दा। इह चोरी दा आपां की कारण मन्ने आ? चोरी दा सर चिट्टा जी, नशा पत्ता चिट्टा हो गया, स्मैक होगी जी, इह सारे चिट्टे वाले ने जी। हां सर, अपने पिंड कैदूपुर दे अड्डे ते मुंडे दसदे ने, असीं उत्थे फड़े ने सारे, असीं तिन पिंडां दे बंदे खड़े आ जी, लवाणा ਢੰਗੇੜਾ ਕੈਦੂਪੁਰ ਦੇ ਜੀ, ਗੌਲ ਦੇ ਜੀ, ਸਾਰੇ ਦੱਸ ਰਹੇ ਨੇ, ਉਹ ਮੁੰਡੇ ਦੱਸ ਰਹੇ ਨੇ ਵੀ ਅੱਡੇ ਦੇ ਆਪਣੇ ਬਾਜੀਗਰ ਬਸਤੀ ਦੇ ਵੀਰਾ ਬਾਜੀਗਰ ਆ ਜੀ ਕੋਈ, ਉਹਨੂੰ ਇਹ ਸਪਲਾਈ ਕਰਦੇ ਨੇ ਜੀ, ਤਾਰਾਂ ਫੂਕ ਕੇ ਉਹਨੂੰ ਵੇਚਦੇ ਨੇ ਜਾ ਕੇ। ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਵੀ ਸੀਗਾ, ਉਹ ਫਰਾਰ ਹੋ ਗਿਆ ਜੀ ਬੰਦਾ। ਸਰ ਦੋ ਫੜੇ ਨੇ ਜੀ, ਔਰ ਤੀਜਾ ਫਰਾਰ ਆ ਜੀ, ਉਹ ਖੁਦ ਮੰਨ ਰਹੇ ਨੇ ਜੀ। ਇੱਕ ਪੰਮੀ ਪਤਾ ਨੀ ਕੀ ਨਾਮ ਦੱਸ ਰਹੇ ਸੀ, ਉਹ ਹੈਪੀ ਹੈਪੀ ਨਾਮ ਆ ਜੀ ਉਹਦਾ ਮੁੰਡੇ ਦਾ। ਹਾਂਜੀ ਉਹ ਫਰਾਰ ਆ ਜੀ, ਹਲੇ ਦੋ ਮੁਜਰਮ ਅਸੀਂ ਫੜ ਲਏ ਜੀ। ਸਰ ਸਰਕਾਰ ਤੋਂ ਇਹੀ ਅਪੀਲ ਕਰਦੇ ਆ ਜੀ, ਅਸੀਂ ਅੱਕੇ ਪਏ ਆ ਜੀ ਸਰ, ਸਾਰੇ ਪਿੰਡਾਂ ਦੇ ਲੋਕ ਜੀ, ਅੱਜ ਰਾਹ ਕੱਲ ਤਾਰਾਂ ਪਵਾਈਆਂ ਨੇ ਜੀ, ਅੱਜ ਰਾਤ ਦੀ ਡਿਊਟੀ ਕਰੀ ਆ, ਅੱਜ ਦਿਨ ਨੂੰ ਗਏ ਨੀ ਹੈਗੇ, ਅੱਜ ਦਿਨ ਨੂੰ ਵੱਢ ਕੇ ਲੈ ਗਏ ਜੀ। ਰਾਤ ਤਾਂ ਬਹੁਤ ਦੂਰ ਆ ਸਰ, ਇਹ ਤਾਂ ਦਿਨ ਨੂੰ ਵੀ ਨਹੀਂ ਛੱਡ ਰਹੇ ਜੀ। ਸਰ ਤੀਜੇ ਦਿਨ, ਸਰ ਹਰ ਤੀਜੇ ਦਿਨ ਚੌਥੇ ਦਿਨ ਜਿੰਦੇ ਤੋੜੇ ਜਾਂਦੇ ਨੇ ਮੋਟਰਾਂ ਦੇ, ਆਪਣਾ ਜਿਹੜਾ ਢੰਗੇੜਾ ਮੰਡੀ ਤੋਂ ਖੁਰਦ ਨੂੰ ਜਾਂਦੇ ਆ ਜੀ, ਉੱਥੇ 12-13 ਮੋਟਰਾਂ ਪੈਂਦੀਆਂ ਨੇ ਜੀ, ਹਰ ਤੀਜੇ ਦਿਨ ਸਰ ਜਿੰਦੇ ਤੋੜੇ ਜਾਂਦੇ ਨੇ ਜੀ, ਨਸ਼ੇ ਕਾਰਨ ਇਹ ਸਾਰਾ ਘਟਨਾ ਵਾਪਰ ਰਹੀ ਹੈ ਜੀ। ਦੇਖੋ ਜਿਹੜੇ ਫੜੇ ਗਏ ਨੇ ਇਹ ਸਾਰੇ ਗਰੀਬ ਜਨਤਾ ਦੇ ਵਿੱਚ ਆਉਂਦੇ ਨੇ ਜੀ, ਇਹ ਨਸ਼ੇ ਤੇ ਲੱਗ ਗਏ ਜੀ, ਇਹਨਾਂ ਤੇ ਮਾਰ ਵੀ ਦਈਏ ਤਾਂ ਵੀ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ, ਮਰ ਜਾਣਗੇ, ਕੁਛ ਮਰਜ਼ੀ ਹੋ ਜਾਏ ਨਾ, ਇਹ ਤਾਂ ਹੋ ਨਹੀਂ ਜੀ। ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ, ਜਿਹੜੇ ਤਾਰਾਂ ਚੋਰੀ ਲੈਂਦੇ ਨੇ ਚੋਰੀ ਦੀਆਂ, ਸਭ ਤੋਂ ਪਹਿਲਾਂ ਉਹ ਫੜੇ ਜਾਣ, ਤਾਂ ਸਾਡਾ ਕੰਮ ਰੁਕੂਗਾ ਨਹੀਂ। ਇਹਨਾਂ ਨੂੰ ਕੀ ਆ, ਜਿਹਨੂੰ ਤਾਂ ਫੜ ਕੇ ਛੱਡ ਦਿੰਦੇ ਨੇ, ਇਹਨਾਂ ਕੋਲੋਂ ਕੁਛ ਨਾ ਕੁਛ ਮਿਲਦਾ ਨਾ ਵਸਦਾ ਜੀ, ਜੇ ਸਾਡੀ ਜੜ ਉੱਥੋਂ ਖਤਮ ਹੋ ਗਈ ਜੀ। ਕਾਫੀ ਟਾਈਮ ਤੁਹਾਨੂੰ ਇੱਥੇ ਚੋਰੀਆਂ ਹੋ ਰਹੀਆਂ ਸੀਗੀਆਂ ਪਿੰਡਾਂ ਦੇ ਵਿੱਚ, ਅਸੀਂ ਕਾਫੀ ਟਾਈਮ ਤੋਂ ਚੋਰ ਨੂੰ ਲੱਭ ਰਹੇ ਸੀਗੇ। ਅੱਜ ਜਿਹਦੇ ਵਿੱਚ ਦੋ ਸਾਨੂੰ ਚੋਰ ਮਿਲੇ ਨੇ, ਇੱਕ ਦਾ ਨਾਮ ਹੈ ਲਾਡੀ ਸਿੰਘ, ਸਨ ਆਫ ਕਰਮਾ ਸਿੰਘ, ਪਿੰਡ ਲਵਾਣਾ ਟੈਂਪੂ ਦੇ ਬਾਜੀਗਰ ਬਸਤੀ ਦੇ ਰਹਿਣ ਵਾਲੇ ਨੇ, ਤੇ ਦੂਜਾ ਜਗਪ੍ਰੀਤ ਸਿੰਘ ਹੈ, ਸਨ ਆਫ ਜੀਤ ਸਿੰਘ, ਪਿੰਡ ਲਵਾਣਾ ਟੈਂਪੂ ਬਾਜੀਗਰ ਬਸਤੀ ਦੇ ਨੇ। ਕਰੀਬ ਇਹਦੀ ਉਮਰ 20 ਸਾਲ ਹੈ, ਤੇ ਜੇ ਪਹਿਲੇ ਵਾਲੇ ਦੀ ਉਮਰ ਹੈ 29 ਸਾਲ ਹੈ। ਇਹ ਪਿੰਡਾਂ ਦੇ ਵਿੱਚ ਜਿਵੇਂ ਕਿ ਸਟਾਰਟਰ ਵਗੈਰਾ ਚੋਰੀ ਕਰਦੇ, ਮੋਟਰਾਂ ਦੀ ਤਾਰਾਂ ਵਗੈਰਾ ਕੱਟਦੇ ਸੀ, ਉਹ ਮੰਨੇ ਨੇ, ਬਾਕੀ ਦੀ ਇਨਵੈਸਟੀਗੇਸ਼ਨ ਕਰ ਰਹੇ, ਜਿਵੇਂ ਵੀ ਸਾਨੂੰ ਪਤਾ ਲੱਗੇਗਾ ਤੁਹਾਨੂੰ ਦੱਸਦਾ।